पन्ना बीबी अमरल से सवाल किया पुत्री जब रखती तो कुछ पढ़ रही थी पुत्री भगवानी किड़े अवतार दी पिन्नी पिन्नी रेंजे नेगला वर्षदा सी हो रही थी शादा आज सारे संसार दी अमृत ज्यादा महक खिलरती सी गाई जा रही तो सत करतार दी पास तो कीमती बचन कर देव जी कब कब सपे हुए छीने उठा दी का बीबी अमरल जी ने बड़ी निम्रता से प्यार परे शब्दा विच अमृत दे कुंड हमा रोगली संजीवनी बूटी गुरबाणी गुरु नानक दी बाणी दी सिलसिला जिस तरीके नाल कीती श्रोमणी कमीशन बापू करनैल सिंह पाठ जी इतना नु मेरे साथी त्यों कही यार नवई मैं सबका बहुत बहुत धन्यवाद करता हूँ। आओ बीबी
संगत जी, सारी संगत नूं बेनती है, गुरु का लंगर तैयार है भाई, सारी संगत छके जाण दी कृपालता करियो। हथ बन के बेनती है प्रबंधकां वल्लों, संगत वास्ते लंगर तैयार कीता गया, संगत जी सब नूं बेनती है प्रशादा पानी छके जाण दी कृपालता करो। आओ इत्थे मैं तुहानूं ख्याल महापुरखां बारे एक कवि कहिंदा है, ਉਹ ਕਹਿੰਦਾ ਗਰਮੀ ਸਰਦੀ ਆ ਕੇ ਉੱਠ ਜਾਂਦੀ, ਗਰਮੀ ਸਰਦੀ ਆ ਕੇ ਉੱਠ ਜਾਂਦੀ, ਫੱਗਣ ਚੇਤ ਦੀ ਹੋਰ ਬਸੰਤ ਕੋਈ ਨਾ, ਦਾਨੀ ਵਿਕਰਮਾ ਜੀ ਤੇ ਕਰਨ ਹੋਏ, ਉਹ ਜਿੱਤੇ ਕਾਮ ਨੂੰ ਸਿਆ ਜਾ ਕੰਤ ਕੋਈ ਨਾ, ਸੁੱਚਾ ਸੋਨਾ ਲੱਭਦਾ ਜਗ ਉੱਤੇ, ਪਿੱਤਲ ਤਾਂਬੇ ਮਲਮੇ ਦਾ ਅੰਤ ਕੋਈ ਨਾ, ਲੱਖਾਂ ਮੱਤਾਂ ਦੇ ਵੇਖੇ ਫਕੀਰ ਪੰਛੀ, संत बाबा मनी राम जी वर्गा होया संत कोई ना, बाबा मनी राम जी वर्गा होया संत कोई ना। एक गला दे फुल नूं माली तोड़न लगा, पर ओदी की मंग है, सोहणे फुल ने कहा मेरे ताई ओ मैनू शाह दे ताज टंगणा ना, भौरो बुलबुलो दिलों दे गीत गा के मेरे हासे अंदर पाए भंगड़ा ना, ਉਹਨੇ ਵੀ ਆਸ਼ਕੋ ਇਹਾ ਮੰਗ ਮੇਰੀ ਕਿਸੇ ਪਿਆਰੇ ਤੋਂ ਪਿਆਰ ਵਿੱਚ ਮੰਗਣਾ ਨਾ, ਭੌਰੋ ਬੁਲਬੁਲੋ ਬਿਰਹ ਦੇ ਗੀਤ ਗਾ ਕੇ ਮੇਰੇ ਹਾਸੇ ਅੰਦਰ ਪਾਏ ਭੰਗੜਾ ਨਾ, ਪੰਛੀ ਮਾਲੀਏ ਇਹ ਮੰਗ ਮੇਰੀ ਵਾਰੇ ਸਿਰ ਜੋ ਉਹਨਾਂ ਤੋਂ ਵਾਰ ਦੇਣਾ, ਨੰਗਣ ਜਿੱਥੋਂ ਦੀ ਸੰਤ ਬਾਬਾ ਮਨੀ ਰਾਮ ਜੀ ਉਹਨਾਂ ਰਾਹਾਂ 'ਚ ਮੈਨੂੰ ਖਿਲਾਰ ਦੇਣਾ। ਆਖੋ ਵੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਆਓ ਮਹਾਂਪੁਰਖਾਂ ਬਾਰੇ ਸੰਗਤ ਵਾਲੇ ਭਾਗਾਂ ਦੇ ਨਾਲ ਘੜੀਆਂ ਮਿਲਦੀਆਂ ਨੇ। ਕਵੀ ਕਹਿੰਦਾ ਨੇੜ ਵੇਲੇ ਹਰ ਬੰਦਾ ਪੁੱਛਦਾ, ਨੇੜ ਵੇਲੇ ਹਰ ਬੰਦਾ ਪੁੱਛਦਾ ਤੇਰਾ ਮਿੱਤਰਾ ਪਰਿਵਾਰ ਕਿਤਨਾ, ਉਹ ਕਿੰਨਾ ਮਾਲ ਮੱਤਾ ਕਿੰਨੀ ਮੱਝੀ ਗਾਈ, ਭੋਏ ਭੰਡ ਤੇ ਕਾਰੋਬਾਰ ਕਿਤਨਾ, ਕਿੰਨੇ ਪੁੱਤ ਧੀਆਂ ਕਿੰਨਾ ਨਗਦ ਨਾਵਾਂ, ਉਹ ਲੈਣ ਦੇਣ ਦਾ ਚੱਲੇ ਵਿਹਾਰ ਕਿਤਨਾ, ਐ ਪਰ ਇਹ ਵੀ ਪੁੱਛਦਾ ਕੋਈ ਯਾਰ ਪੰਛੀ ਤੇਰਾ ਰੱਬ ਦੇ ਨਾਲ ਪਿਆਰ ਕਿਤਨਾ। ਗੱਲ ਕਰੀਏ ਗਿਆਨ ਮਹਾਪਤ ਦੀ, ਪਰੇ ਸੁੱਟ ਕੇ ਗੀਤਾਂ ਗੰਦਿਆਂ ਨੂੰ, ਸਾਗ ਸਿੱਧ ਸਿਲਤਾ ਖੁੰਦਰੀਆਂ ਹੱਥ ਫੜ ਕੇ ਪਿਆਰ ਦਿੰਦਿਆਂ ਨੂੰ, ਉਹ ਜਾਗ ਉੱਠੇ ਮੋਹ ਮਨੁੱਖਤਾ ਦਾ, ਨਾ ਕਰੀਏ ਕਰਮਾਂ ਬੰਦਿਆਂ ਨੂੰ, ਉਸ ਪੁਸਤਕ ਤਾਹੀਂ ਪਾੜ ਦਿਓ ਜੋ ਪੰਛੀ ਪਾੜੇ ਬੰਦਿਆਂ ਨੂੰ। ਜ਼ਿੰਦਗੀ ਮਨੁੱਖ ਦੀ ਕੀ ਆ, ਜ਼ਿੰਦਗੀ ਇੱਕ ਸਾਜ ਹੈ, ਇਸ ਨੂੰ ਵਜਾਉਣਾ ਸਿੱਖ ਲੈ, ਜ਼ਿੰਦਗੀ ਇੱਕ ਸਾਜ ਹੈ, ਇਸ ਨੂੰ ਵਜਾਉਣਾ ਸਿੱਖ ਲੈ, ਰਾਹੀਆ ਹੋਏ ਰਾਹੇ ਜਾਂਦੇ ਆ, ਰੋਂਦੇ ਹਸਾਉਣਾ ਸਿੱਖ ਲੈ, ਬਾਜੀ ਦਾ ਤੇਲ ਨਾ ਪਾ ਮੱਝਦੀ ਬਣਾਉਣਾ ਸਿੱਖ ਲੈ, ਨਫ਼ਰਤ ਨੂੰ ਪੰਛੀ ਤਿਆਗ ਦੇ ਕੋਈ ਪਿਆਰ ਦਾ ਗਾਉਣਾ ਸਿੱਖ ਲੈ, ਜ਼ਿੰਦਗੀ ਦੀ ਗੱਡੀ ਰਿੜੇ ਰੋਟੀ ਦੀਆਂ ਪਹੀਆਂ ਉੱਤੇ, ਭੁੱਖਿਆਂ ਦੇ ਭਾਰੇ ਨਰਕ ਸੰਸਾਰ ਹੈ, ਪੈਸੇ ਦੀ ਨਾ ਬੰਦਾ ਕਹਾਵਾ, ਪੈਸਾ ਸਭ ਕੁਝ ਨਹੀਂ, ਸਵਾਸਾਂ ਵਾਂਗੂ ਬੰਦੇ ਲਈ ਦੂਰੀ ਰੁਜ਼ਗਾਰ ਹੈ, ਵੱਟ ਜਾਂਦੇ ਪਾਸਾ ਆਪਣੇ ਹੀ ਤਾਂ ਨਹੀਂ ਨੇ ਕੋਲੋਂ, ਕਾਮੇ ਬੰਦੇ ਤਾਈ ਸਾਰੇ ਦਿੰਦੇ ਸਤਿਕਾਰ, ਭੁੱਖਿਆਂ ਤੋਂ ਭਗਤੀ ਨਾ ਹੋਵੇ ਮੁਖਤਿਆਰ ਸੀਗਾ, ਪਰ ਬਹੁਤੇ ਰੱਜਿਆਂ ਨੂੰ ਭੁੱਲ ਜਾਂਦਾ ਕਰਤਾਰ ਹੈ। ਫਿਰ ਕਵੀ ਕਹਿੰਦਾ ਸੌ ਮੂਰਖਾਂ ਲਈ ਸੌ ਝਿੜਕ ਨਾਲੋਂ, ਇੱਕ ਸਿਆਣੇ ਉਸਤਾਦ ਦੀ ਤੜੀ ਚੰਗੀ, ਕੋਝੇ ਕਿਸੇ ਦੇ ਗੰਦੇ ਗੀਤਾਂ ਨਾਲੋਂ, ਉਹ ਸੁਣ ਨਹੀਂ ਇਤਿਹਾਸ ਦੀ ਲੜੀ ਚੰਗੀ, ਲੱਖਾਂ ਪਾਪ ਦੇ ਜੇਲ ਪਹਿਰਿਆਂ ਤੋਂ ਲੱਗੀ ਸੌਣ ਪਹਿਰ ਦੀ ਝੜੀ ਚੰਗੀ, ਸਾਹ ਲੂਣਾ ਕਚੇਈ ਮਤਰੇਈ ਨਾਲੋਂ, ਮਾਂ ਇੱਛਰਾਂ ਦੀ ਇੱਕ ਬੜੀ ਚੰਗੀ, ਭੈੜੇ ਨਾਵਲ ਤੇ ਨਾਟਕ ਕਹਾਣੀਆਂ ਨਾਲੋਂ, ਤਾਂ ਇੱਕੋ ਗੁਰਬਾਣੀ ਦੀ ਬੜੀ ਚੰਗੀ। ਫਿਰ ਕਵੀ ਕਹਿੰਦਾ ਖਾ ਕੇ ਵੇਖ ਲੋ ਖੰਡ ਨੂੰ ਸ਼ਹਿਦ ਮਿੱਠਾ, ਜੇ ਠਾਰ ਵਿੱਚ ਵਿਰਸ਼ ਦੀ ਛਾਂ ਮਿੱਠੀ, ਵਿਰਸ਼ ਦੀ ਛਾਂ ਤੋਂ ਚੰਨ ਚਨਿਆਈ ਮਿੱਠੀ, ਦੁੱਧ ਚੋਂਦੇ ਬੱਚੇ ਲਈ ਮਾਂ ਮਿੱਠੀ, ਸਿਆ ਸਾਜਾ ਤੋਂ ਸੁਰ ਤਾਰ ਮਿੱਠੀ, ਸਾਰੇ ਬਾਗਾਂ ਵਿੱਚੋਂ ਫੁੱਲਾਂ ਦੀ ਛਾਂ ਮਿੱਠੀ, ਕਈ ਆਖਦੇ ਨਸ਼ਰੀ ਲੋਰ ਮਿੱਠੀ, ਜੋ ਵੀ ਆਖਦੇ ਪੀਤੀ ਹੋਈ ਭੰਗ ਮਿੱਠੀ, ਜੇਕਰ ਪੰਛੀ ਤੋਂ ਪਿਆਰੇ ਪੁੱਛਦੇ ਹੋ ਚੀਜ਼ਾਂ ਸਾਰਿਆਂ ਤੋਂ ਹੈ ਸੱਤ ਸੰਗ ਮਿੱਠੀ, ਗੁਰਦੇਵ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ, ਜਿੱਥੇ ਇੱਕੋ ਕਾਲ ਭੁਖਦੀ ਚੱਲਦੀ ਹੁੰਦੀ ਹੋਵੇ, ਸਰਵ ਸ਼ਕਤੀਮਾਨ ਦੀ ਗੱਲ ਚੱਲਦੀ ਹੋਵੇ, ਉਸ ਨੂੰ ਸੰਗਤ ਕਹਿੰਦੇ ਨੇ। ਸੰਗਤ ਜੀ ਆਓ, ਇਹ ਘੜੀਆਂ ਭਾਗਾਂ ਨਾਲ ਮਿਲਦੀ ਹੈ, ਆਓ ਸਰਵਨ ਕਰੋ ਢਾਡੀ ਸਾਹਿਬ ਕਰਨ।
गुरदेव कहते ने पांचवें पातशाह गुरु अर्जन देव जी महाराज कह रहे हैं, वो कहते संत संत महाराज कोई फर्क नहीं, दुनिया में कोई फर्क नहीं। एक कवि ने अक्षा खींचे है पूर्ण संत बारे गल कही है, ध्यान ना सुनो। कवि कहेंगे संत की महिमा वेदना जाना चेता सुना चेता बखियान है। फिर महाराज कहते ने आओ दुनिया नालों होंगे चोर न्यारे संतां दे, संत सोई जो हक सच नहीं हिक तार के खड़ा, ना कोई उहदा जगते वैरी ना कोई उहदे घर दा, नेकी रोम रोम च रखदी बड़ी ने कट्टर वैरी, जफर मसूमा मजलूमा लई सीस घड़ी कर। ਉਹ ਪੂਰਨ ਸੰਤ ਹੈ, ਪੂਰਨ ਦੀ ਨਿਸ਼ਾਨੀ ਆ ਮਹਾਂਪੁਰਖਾਂ ਬਾਰੇ ਬਾਈ ਦੱਸ ਰਹੇ ਸਨ। ਆ ਗਊਸ਼ਾਲਾ ਕਿੱਡਾ ਵੱਡਾ ਪਰਉਪਕਾਰ ਹੈ ਮਹਾਂਪੁਰਖਾਂ ਦਾ। ਕਹਿੰਦੇ ਬਾਲਟੀ ਲੈਣੀ ਹੈ, ਬਾਲਟੀ ਲੈ ਕੇ ਨਜ਼ਰ 'ਚ ਜਾਣਾ, ਕਿਸੇ ਨੇ ਦਾਣਾ ਪਾਤਾ, ਕਿਸੇ ਨੇ ਰੋਟੀ ਪਾਤੀ, ਕਿਸੇ ਨੇ ਕੁਛ ਪਾਤਾ, ਉਹ ਬਾਲਟੀ ਜਦੋਂ ਭਰ ਜਾਂਦੀ ਬਾਈ ਜੀ ਕਹਿੰਦੇ ਜਿੱਥੇ ਗੁਮਾਂ ਦਾ ਝੁੰਡ ਹੋਏ ਦੋ ਜਾਂ ਚਾਰ ਗੁਮਾਂ ਹੁਣ ਉੱਥੇ ਢੇਰੀ ਕਰ ਦਿੰਦੇ ਸੀ, ਉੱਥੇ ਢੇਰੀ ਕਰ ਦਿੰਦੇ ਸੀਗੇ। ਮਹਾਂਪੁਰਖਾਂ ਦੀ ਨਿਸ਼ਾਨੀ ਹੈ। ਆਓ ਢਾਡੀ ਜਿੱਥੇ ਕਹਿ ਰਿਹਾ ਦੁਨੀਆਂ ਨਾਲੋਂ ਹੁੰਦੇ ਚੋਗ ਨਿਆਰੇ ਸੰਤਾਂ ਦੇ, ਇੱਕ ਇੱਕ ਪੰਗਤੀ ਧਿਆਨ ਨਾਲ ਸੁਣੋ ਸਰ ਜੀ, ਕਵੀ ਇਉਂ ਕਹਿ ਰਿਹਾ ਪਾਈਆਂ ਪਿਆਰ।
वाहिंदी का खालसा वाहिंदी की।